ਅੱਗ ਤੇ ਕਾਬੂ ਜਿਹੜਾ ਹੈ ਉਹ ਪਾ ਲਿਆ ਗਿਆ। ਤਸਵੀਰਾਂ ਤੁਸੀਂ ਵੇਖੋ, ਡੇਰਾ ਬੱਸੀ ਦੇ ਡੇਰਾ ਪਿੰਡ ਦੀ ਕੈਮੀਕਲ ਫੈਕਟਰੀ ਹੈ ਜਿੱਥੇ ਮੌਕੇ ਤੇ ਫਾਇਰ ਦੀ ਗੱਡੀਆਂ ਪਹੁੰਚੀ ਸੀ। ਹਾਲਾਂਕਿ ਹਜੇ ਵੀ ਤੁਸੀਂ ਤਸਵੀਰਾਂ ਦੇਖੋ, ਕਿਉਂਕਿ ਜਿੰਨੇ ਵੀ ਡਰਮਸ ਵਗੈਰਾ ਕੈਮੀਕਲ ਦੇ ਪੜੇ ਹੋਏ ਸੀਗੇ, ਹੁਣ ਉਹਦੇ ਵੀ ਹਜੇ ਅੱਗ ਜਿਹੜਾ ਹੈਗੀ ਹੈ ਉਹਦੇ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ। ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲੀ ਹੈ, ਰਾਹਤ ਦੀ ਗੱਲ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਇਹਦੇ ਵਿੱਚ ਨਹੀਂ ਹੈ, ਲੇਕਿਨ ਇਹ ਪੂਰੀ ਕੈਮੀਕਲ ਫੈਕਟਰੀ ਜਲ ਕੇ ਖਾਕ ਹੋ ਚੁੱਕੀ ਹੈ। ਤੇ ਤਸਵੀਰਾਂ ਮੌਕੇ ਦੀ ਤਸਵੀਰਾਂ ਤੁਸੀਂ ਵੇਖ ਰਹੇ ਹੋ, ਕਿਉਂਕਿ ਇਹ ਪੂਰਾ ਨੇੜੇ ਤੇੜੇ ਦਾ ਇੰਡਸਟਰੀਅਲ ਏਰੀਆ ਜਿੱਥੇ ਇੰਡਸਟਰੀਅਲ ਏਰੀਆ ਹੈ, ਜਿੱਥੇ ਪੂਰਾ ਜਿਹੜਾ ਇਹ ਪੂਰਾ ਹੱਬ ਹੈ, ਇੰਡਸਟਰੀ ਹੱਬ ਹੈ ਔਰ ਕੈਮੀਕਲ ਜਿਹੜੀ ਫੈਕਟਰੀ ਹੈ ਇੱਥੇ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਸੀਨੀਅਰ ਆਫੀਸਰਸ ਵੀ ਇੱਥੇ ਪਹੁੰਚੇ ਹੋਏ ਨੇ। ASP ਦੇ ਨਾਲ ਨਾਲ ਹੋਰ ਜਿਹੜੇ ਏਰੀਆ SHO ਨੇ, DSP ਨੇ ਔਰ ਜਿਹੜੀ ਫਾਇਰ ਦੀ ਗੱਡੀਆਂ ਉਹ ਵੀ ਮੌਕੇ ਤੇ ਪਹੁੰਚੀ ਹੋਈ ਨੇ। ਬਿਲਕੁਲ ਬੈਕ ਸਾਈਡ ਤੇ ਜਿਹੜੀ ਫੈਕਟਰੀ ਹੈ ਉੱਥੇ ਵੀ ਅੱਗ ਲੱਗੀ ਸੀ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਸੀ, ਲੇਕਿਨ ਦਮਕਲ ਦੀ ਜਿਹੜੀ ਗੱਡੀਆਂ ਫਾਇਰ ਦੀ ਗੱਡੀਆਂ ਇੱਥੇ ਮੌਕੇ ਤੇ ਪਹੁੰਚ ਕੇ ਇੱਥੇ ਅੱਗ ਤੇ ਕਾਬੂ ਪਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਇਹ ਮੌਕੇ ਦੀ ਤਸਵੀਰਾਂ ਨੇ, ਮੌਕੇ ਦੀ ਤਸਵੀਰਾਂ ਇਹ ਨੇ ਕਿ ਜਿੰਨੇ ਵੀ ਡਰਮਸ ਪਏ ਸੀਗੇ ਕੈਮੀਕਲ ਉਹਦੇ ਵਿੱਚ ਸੀਗਾ, ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਔਰ ਕਰੀਬ 1 ਘੰਟੇ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। ਕਰੀਬ ਕਹਿ ਸਕਦੇ ਹਾਂ ਕਿ 1-2 ਘੰਟੇ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਔਰ ਅੱਗ ਤੇ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ ਤੇ ਜਿਹੜੇ ਸੀਨੀਅਰ ਅਧਿਕਾਰੀ ਹੈ, ਫਾਇਰ ਦੇ ਜਿਹੜੇ ਆਫੀਸਰਸ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਕਈ ਚੀਜ਼ਾਂ ਨੇ ਇਹਦੇ ਵਿੱਚ, ਕਈ ਚੀਜ਼ਾਂ ਨੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਇਹਦੇ ਵਿੱਚ ਪੁਲਿਸ ਵੀ ਦੇਖ ਰਹੀ ਹੈ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਹੈ ਕੋਈ ਤਾਂ ਨਹੀਂ ਜਾਂ ਫਿਰ ਹੋਰ ਵੀ ਨੇ। ਜੈਪ੍ਰਕਾਸ਼ ਜੀ ਨੇ ਸਾਡੇ ਨਾਲ, ਸਰ ਫਾਇਰ ਦੀ ਕਿੰਨੀ ਗੱਡੀਆਂ ਹਜੇ ਤੱਕ ਪਹੁੰਚੀ ਹੈ, ਇਨਫੋਰਮੇਸ਼ਨ ਕੀ? ਸਰ ਹਮ ਐਕਚੁਅਲੀ ਆਰਮੀ ਸੇ ਹੈ, 33 FLD ਸੇ ਔਰ ਸਿਵਲ ਫਾਇਰ ਬ੍ਰਿਗੇਡ ਕੀ ਗਾੜੀਆਂ ਵੀ ਕਾਫੀ 10-15 ਯਹਾਂ ਪਹੁੰਚੀ ਹੈ ਔਰ ਹਮਾਰੇ 33 FLD ਕੀ ਵੀ 2 ਗਾੜੀਆਂ ਸੀਨੋ ਫਾਇਰ ਪੇ ਹੈ, ਮੌਜੂਦ ਹੈ। ਜਿਸ ਟਾਈਮ ਹਮ ਯਹਾਂ ਪੇ ਆਏ ਤੋ ਆਗ ਆਪਣਾ ਉਗਰ ਰੂਪ ਧਾਰਨ ਕਰ ਚੁੱਕੀ ਥੀ, ਇਸਮੇ ਐਥਨੋਲ ਮੈਥਨੋਲ ਟਾਈਪ ਕੇ ਕੈਮੀਕਲ ਹੈ ਜੋ ਕਿ ਕਾਫੀ ਰਿਸਕੀ ਹੈ ਹਿਊਮਨ ਬੀਂਗਸ ਕੇ ਲੀਏ ਵੀ ਔਰ ਇਹ ਬੜਾ ਹੀ ਮਤਲਬ ਖਤਰਾ ਥਾ। ਤੋ ਭਗਵਾਨ ਕੀ ਦਾ ਸੇ ਕੋਈ ਕੈਜੁਅਲਟੀ ਤੋ ਹੋਈ ਨਹੀਂ, ਲੇਕਿਨ ਹਮ ਕੰਟੀਨਿਊ ਆਗ ਪੇ ਕਾਬੂ ਪਾਣੇ ਕੀ ਕੋਸ਼ਿਸ਼ ਕਰ ਰਹੇ ਹੈ। ਸਿਵਲ ਫਾਇਰ ਬ੍ਰਿਗੇਡ ਵੀ ਆਪਣਾ ਬੈਸਟ ਐਫਰਟ ਦੇ ਰਹੀ ਹੈ ਔਰ ਹਮ ਵੀ ਬੈਸਟ ਐਫਰਟ ਦੇ ਰਹੇ ਹਾਂ ਆਪਣਾ। ਪੁਲਿਸ ਆਫੀਸਰ ਬਿਲਕੁਲ ਜਿੱਦਾਂ ਸਰ ਨੇ ਦੱਸਿਆ, ਪੁਲਿਸ ਆਫੀਸਰ ਵੀ ਸਾਡੇ ਨਾਲ ਨੇ, ਵੈਭਵ ਚੌਧਰੀ ਸਾਡੇ ਨਾਲ ਨੇ। ਸਰ ਕਿਉਂਕਿ ਇੱਕ ਕਹਿ ਸਕਦੇ ਹਾਂ ਕਿ ਇੱਕ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ, ਜਾਨੀ ਨੁਕਸਾਨ ਤੋਂ ਹਜੇ ਤੱਕ ਰਾਹਤ ਹੈ, ਹੁਣ ਤੱਕ ਦੀ ਸਿਚੁਏਸ਼ਨ ਕੀ ਹੈ, ਕੰਟਰੋਲ ਹੈ? ਦੇਖੋ ਜੀ, ਪਹਿਲੇ ਜੋ ਸਿਚੁਏਸ਼ਨ ਸੀਗੀ, ਸਾਨੂੰ 3 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਥੇ ਇੱਕ ਫਾਇਰ ਇੰਸੀਡੈਂਟ ਹੋਇਆ ਇਸ ਫੈਕਟਰੀ ਵਿੱਚ, ਤੋ ਅਸੀਂ ਕੁਇਕਲੀ ਇਸ ਔਨ ਦਾ ਸਪੋਟ ਪਹੁੰਚੇ ਤੇ ਬਾਕੀ ਡਿਪਾਰਟਮੈਂਟਸ ਦੇ ਨਾਲ ਤਾਲਮੇਲ ਬਣਾ ਕੇ ਤੁਸੀਂ ਦੇਖ ਹੀ ਰਹੇ ਹੋ ਕਾਫੀ ਕੁਝ ਕੰਟਰੋਲ ਵਿੱਚ ਹੋਇਆ ਤੇ ਹੁਣ ਹੋਰ ਵੀ ਕੋਸ਼ਿਸ਼ ਕਰਕੇ ਇਸਕੋ ਟੋਟਲੀ ਕੰਟਰੋਲ ਕਰਕੇ ਅਸੀਂ ਫਿਰ ਜੋ ਹੈ ਨੁਕਸਾਨ ਦੀ ਅਸੀਂ ਐਸਟੀਮੇਟ ਲਗਾਵਾਂਗੇ। ਦੇਖੋ ਸਰ, ਹਜੇ ਤੱਕ ਕੋਈ ਲਾਪਰਵਾਹੀ ਜਾਂ ਕਿਸੇ ਤਰ੍ਹਾਂ ਦੀ ਅਣਗੇਲੀ ਸਾਹਮਣੇ ਆਈ ਹੈ ਕਿ ਇਸ ਕਾਰਨ ਇਹ ਅੱਗ ਲੱਗੀ ਹੈ? ਦੇਖੋ ਜੀ, ਉਹ ਤੋਂ ਪੜਤਾਲ ਇੱਕ ਵਾਰ ਇਹ ਕੰਟਰੋਲ ਵਿੱਚ ਆਏ ਸਿਚੁਏਸ਼ਨ, ਫਿਰ ਆਪਾਂ ਫਿਰ ਪੜਤਾਲ ਹੋਊਗੀ ਉਸ ਹਿਸਾਬ ਨਾਲ ਹੀ ਅਸੀਂ ਦੱਸ ਸਕਦੇ ਹਾਂ ਕਿ ਵੀ ਕਿਸ ਕੀ ਗਲਤੀ ਹੈਗੀ ਹੈ। ਤੁਸੀਂ ਦੱਸ ਰਹੇ ਹੋ 3 ਵਜੇ ਦਾ ਹੈਗਾ, ਵਰਕਿੰਗ ਸੀਗੀ, ਇੰਪਲੋਇਜ਼ ਕੰਮ ਕਰ ਰਹੇ ਸੀ ਅੰਦਰ ਜਿਸ ਟਾਈਮ ਇਹ ਹਾਦਸਾ ਹੋਇਆ ਸਰ? ਉਸ ਪਰ ਅਸੀਂ ਕਮੈਂਟ ਨਹੀਂ ਕਰ ਸਕਦੇ, ਇੱਕ ਵਾਰ ਅਸੀਂ ਸਾਡੀ ਪ੍ਰਾਇਰਿਟੀ ਹੈਗੀ ਹੈ ਕਿ ਸਿਚੁਏਸ਼ਨ ਕੋਈ ਅੰਡਰ ਕੰਟਰੋਲ ਲਾਇਆ ਜਾਏ, ਉਸਦੇ ਬਾਅਦ ਹੀ ਅਸੀਂ ਕੁਝ ਇਸ ਪਰ ਕਮੈਂਟ ਦੇ ਸਕਦੇ ਹਾਂ। ਠੀਕ ਹੈ, ਗੱਡੀਆਂ ਵਗੈਰਾ, ਫਾਇਰ ਦੀ ਗੱਡੀਆਂ ਤੁਸੀਂ ਮੌਕੇ ਤੇ ਪਹੁੰਚ ਗਈ ਸੀ ਸਰ? ਪੁਲਿਸ ਫਾਇਰ ਬ੍ਰਿਗੇਡ ਆ ਗਈ ਸੀਗੀ ਤੇ ਅਸੀਂ ਫਿਰ ਆਰਮੀ ਨਾਲ ਵੀ ਕੰਟੈਕਟ ਕੀਤਾ ਹੈ, ਜੋ ਆਰਮੀ ਦਾ ਬੇਸ ਹੈਗਾ ਇੱਥੇ, ਤੇ ਪ੍ਰਾਈਵੇਟ ਜੋ ਫੈਕਟਰੀਜ਼ ਹੁੰਦੀਆਂ ਉਹਨਾਂ ਦੀ ਵੀ ਗੱਡੀਆਂ ਅਸੀਂ ਮੰਗਾ ਕੇ ਉਹਨਾਂ ਦੀ ਹੈਲਪ ਵੀ ਦਿੱਤੀ ਗਈ ਹੈ ਟੂ ਕੰਟਰੋਲ ਦਾ ਸਿਚੁਏਸ਼ਨ। ਓਕੇ, ਠੀਕ ਹੈ, ਤੇ ਬਿਲਕੁਲ ਜਿਹੜੇ ਸੀਨੀਅਰ ਅਧਿਕਾਰੀ ਹੈ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਦੀ ਸਿਚੁਏਸ਼ਨ ਰਹੀ ਹੈ ਔਰ ਕਰੀਬ 3 ਵਜੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ, ਕਿਉਂਕਿ ਇਹ ਜਿਹੜਾ ਕੈਮੀਕਲ ਹੁੰਦਾ ਹੈ ਬਹੁਤ ਖਤਰਨਾਕ ਹੁੰਦਾ ਹੈ, ਜਿੱਦਾਂ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ। ਅੰਦਰ ਦੀ ਕੋਸ਼ਿਸ਼ ਵੀ ਕਰਾਂਗੇ ਤੁਹਾਨੂੰ, ਜਿੱਥੇ ਹਜੇ ਵੀ ਅੱਗ ਲੱਗੀ ਹੋਈ ਹੈ ਉੱਥੇ ਦੀ ਤਸਵੀਰਾਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਫਾਇਰ ਦੀ ਗੱਡੀਆਂ ਲਗਾਤਾਰ ਕੋਸ਼ਿਸ਼ ਕਰ ਰਹੀਆਂ ਔਰ ਬਿਲਕੁਲ ਨਾਲ ਵਾਲੀ ਫੈਕਟਰੀ ਤੱਕ ਵੀ ਅੱਗ ਪਹੁੰਚ ਚੁੱਕੀ ਸੀ। ਇਹ ਤਸਵੀਰਾਂ ਤੁਸੀਂ ਵੇਖੋ, ਇਹ ਹਜੇ ਵੀ ਕਿਉਂਕਿ ਇੱਥੇ ਵੱਡੇ ਵੱਡੇ ਬੋਇਲਰਸ ਔਰ ਕਾਫੀ
ਜਿਹੜੇ ਡਰਮਸ ਨੇ ਉਹ ਇੱਥੇ ਪਏ ਔਰ ਇੱਥੇ ਸਾਹ ਲੈਣਾ ਵੀ ਬੜਾ ਮੁਸ਼ਕਿਲ ਹੋਇਆ ਪਿਆ। ਕਾਰਨ ਕੀ ਹੈ? ਕਿਉਂਕਿ ਬੜਾ ਹੈਵੀ ਕੈਮੀਕਲ ਇਹਦੇ ਵਿੱਚ ਜਿਹੜਾ ਹੈਗਾ ਉਹ ਅੰਦਰ ਕੈਮੀਕਲ ਯੂਜ਼ ਹੋ ਰਿਹਾ ਸੀਗਾ, ਡਰਮਸ ਕਾਫੀ ਕੈਮੀਕਲ ਤੇ ਅੰਦਰ ਪਏ ਸੀਗੇ, ਜਿਹਦੇ ਵਿੱਚ ਹੁਣ ਹਜੇ ਤੱਕ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਸੀਨੀਅਰ ਅਫਸਰ, ਫਾਇਰ ਦੀ ਗੱਡੀਆਂ ਔਰ ਕਰੀਬ 2 ਦਰਜਨ ਤੋਂ ਵੀ ਵੱਧ ਗੱਡੀਆਂ ਜਿਹੜੀਆਂ ਉਹ ਮੌਕੇ ਤੇ ਪਹੁੰਚ ਕੇ ਕੋਸ਼ਿਸ਼ ਕਰ ਰਹੀ ਹੈ ਕਿ ਹਜੇ ਅੱਗ ਤੇ ਕਾਬੂ ਪਾਇਆ ਜਾ ਸਕੇ। ਹਾਲਾਂਕਿ ਕਾਫੀ ਹੱਦ ਤੱਕ ਅੱਗ ਤੇ ਕਾਬੂ ਪਾਇਆ ਜਾ ਚੁੱਕਾ ਹੈ, ਲੇਕਿਨ ਹਜੇ ਵੀ ਤੁਸੀਂ ਕਹਿ ਰਹੇ ਹੋ ਕਿ ਜਿੱਥੇ ਕੈਮੀਕਲ ਜਿੱਦਾਂ ਜਿੱਦਾਂ ਕੈਮੀਕਲ ਅੱਗੇ ਤੋਂ ਅੱਗੇ ਚੱਲ ਰਿਹਾ, ਇਸ ਕਰਕੇ ਕੈਮੀਕਲ ਤੇ ਲਗਾਤਾਰ ਅੱਗ ਜਿਹੜੀ ਹੈਗੀ ਉਹ ਕਰ ਰਹੀ ਹੈ। ਹਾਲਾਂਕਿ ਕੋਸ਼ਿਸ਼ ਇਹੀ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਅੱਗ ਤੇ ਕਾਬੂ ਪਾਇਆ ਜਾ ਸਕੇ ਔਰ ਜਲਦ ਤੋਂ ਜਲਦ ਇਹ ਪੂਰਾ ਜਿਹੜਾ ਹੈਗਾ ਇਸ ਪੂਰੇ ਆਪਰੇਸ਼ਨ ਨੂੰ, ਕਿਉਂਕਿ ਆਰਮੀ ਵੀ ਇੱਥੇ ਬੁਲਾਈ ਗਈ ਹੈ, ਤੁਹਾਨੂੰ ਦੱਸ ਦਈਏ ਕਿ ਇੱਥੇ ਆਰਮੀ ਵੀ ਬੁਲਾਈ ਗਈ ਸੀ ਔਰ ਪੂਰਾ ਇਸ ਏਰੀਏ ਨੂੰ ਪੂਰਾ ਸੀਲ ਕਰ ਦਿੱਤਾ ਗਿਆ ਸੀਗਾ ਕਿ ਕਿਸੇ ਤਰ੍ਹਾਂ ਦਾ ਕੋਈ ਹੋਰ ਜਾਨੀ ਨੁਕਸਾਨ ਜਾਂ ਫਿਰ ਮਾਲੀ ਨੁਕਸਾਨ ਨਾ ਹੋਵੇ, ਕਿਉਂਕਿ ਨਾਲ ਵਾਲੀ ਜਿਹੜੀ ਫੈਕਟਰੀ ਹੈ ਉਹ ਵੀ ਦੱਸਿਆ ਜਾ ਰਿਹਾ ਇੱਕ ਬਹੁਤ ਵੱਡਾ ਪਲਾਂਟ ਹੈ, ਉਹਦੇ ਵਿੱਚ ਵੀ ਅੱਗ ਪਹੁੰਚ ਚੁੱਕੀ ਸੀ। ਤਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਹੁਣ ਦੇਖੋ ਇਹ ਜਿਹੜਾ ਯੂਜ਼ ਕੀਤਾ ਜਾ ਰਿਹਾ ਇਹ ਕੈਮੀਕਲ ਯੂਜ਼ ਕੀਤਾ ਜਾ ਰਿਹਾ ਫਾਇਰ ਦੀ ਗੱਡੀਆਂ ਸਾਈਡ ਤੋਂ, ਕਿਉਂਕਿ ਇਹ ਵਾਈਟ ਜਿਹੜਾ ਕੈਮੀਕਲ ਹੁੰਦਾ ਇਹ ਯੂਜ਼ ਕੀਤਾ ਜਾਂਦਾ ਹੈ ਕਿ ਅੱਗ ਜਿਹੜੇ ਕੈਮੀਕਲ ਤੋਂ ਅੱਗ ਲੱਗੀ ਹੈ ਉਹਦੇ ਤੇ ਕੰਟਰੋਲ ਕੀਤਾ ਜਾ ਸਕੇ, ਇਸ ਤਰ੍ਹਾਂ ਦਾ ਕੈਮੀਕਲ ਯੂਜ਼ ਕੀਤਾ ਜਾਂਦਾ ਹੈ। ਤਾਂ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਇੱਕ ਵੱਡਾ ਹਾਦਸਾ, ਇੱਕ ਬਹੁਤ ਵੱਡਾ ਹਾਦਸਾ। ਹਾਲਾਂਕਿ ਹਜੇ ਤੱਕ ਕਿਹਾ ਜਾ ਰਿਹਾ ਕਿ ਕੋਈ ਜਾਨੀ ਨੁਕਸਾਨ ਇਹਦੇ ਵਿੱਚ ਨਹੀਂ ਹੈ, ਲੇਕਿਨ ਫੈਕਟਰੀ ਦਾ ਜਿੰਨਾ ਵੀ ਬੋਇਲਰ ਸੀਗੇ, ਡਰਮ ਸੀ, ਹੋਰ ਅੰਦਰ ਵੱਡੇ ਵੱਡੇ ਜਿਹੜੇ ਮਟੀਰੀਅਲ ਸੀ ਉਹ ਸਾਰੀ ਜਲ ਕੇ ਖਾਕ ਹੋ ਚੁੱਕੀ ਔਰ ਤਸਵੀਰਾਂ, ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ। ਬਿਲਕੁਲ ਨਾਲ ਵਾਲੀ ਜਿਹੜੀ ਫੈਕਟਰੀ ਹੈ ਪਰਮਿੰਦਰ, ਉੱਥੇ ਵੀ ਹਜੇ ਤੱਕ ਅੱਗ ਜਿਹੜੀ ਹੈ ਪਹੁੰਚ ਗਈ ਸੀ, ਲੇਕਿਨ ਜਿਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ।